ਲੈ ਵੀ ਅਰਸ਼, ਅੱਜ ਨਾ ਤੈਨੂੰ ਇੱਕ ਗੱਲ ਸੁਣਾਉਂਦੇ ਹਾਂ ਜਿਨ੍ਹਾਂ ਨੂੰ ਆਪਣੇ ਪੰਜਾਬ 'ਚ ਚੁਗਲੀਏ ਵੀ ਕਹਿੰਦੇ ਆ ਅਤੇ ਉਂਗਲ ਲਾਉਣ ਵਾਲੇ ਵੀ ਕਹਿ ਦਿੰਦੇ ਆ, ਵੀ ਉਂਗਲੀਏ ਸ਼ਰਾਰਤ ਲੋਕ ਕਹਿ ਕਰਕੇ ਦਿੰਦੇ, ਭੱਜਣ ਵਾਲੇ, ਸ਼ਰਾਰਤੀ ਅੰਸਰ। ਵੀ ਆਪ ਭੱਜ ਜਾਂਦੇ ਬਾਅਦ 'ਚ। ਹਾਂ, ਇੱਕ ਨਾ ਕੋਈ ਸ਼ਰਾਰਤੀ ਅੰਸਰ ਲਾਲੇ ਦੀ ਦੁਕਾਨ 'ਤੇ ਵੱਜਿਆ, ਉੱਥੇ ਜਾ ਕੇ ਨਾ ਖਾਲਾ ਗੱਟਾ ਪਿਆ ਸੀ, ਫੀਡ ਵਾਲਾ ਉਹਦੇ 'ਤੇ ਬਹਿ ਗਿਆ, ਉਹਦੇ ਨਾਲ ਕਿਤੇ ਰਾਵ ਖੰਡ ਵਾਲਾ ਪੀਪਾ ਪਿਆ ਸੀ ਪਾਣੀ ਦਾ, ਠੀਕ ਹੈ। ਉਹਨੇ ਉਹਦੇ 'ਚ ਉਂਗਲ ਲਵੇੜੀ ਅਤੇ ਰਾਵ ਖੰਡ ਵਾਲੀ, ਕਹਿੰਦਾ ਯਾਰ ਸੇਠਾ ਕੀ ਹੈ? ਸੇਠ ਕਹਿੰਦਾ ਵੀ ਰਾਵ ਖੰਡ ਹੈ। ਉਹਨੇ ਘਸਾ ਤੀ ਉਂਗਲ ਕੰਧ 'ਤੇ, ਜਦੋਂ ਕੰਧ 'ਤੇ ਉਂਗਲ ਘਸਾਈ ਅਤੇ ਕੰਧ 'ਤੇ 2 ਮਿੰਟਾਂ ਬਾਅਦ ਦੇਖਦੇ ਉੱਥੇ ਮੱਖੀਆਂ ਆ ਕੇ ਬਹਿ ਗਈਆਂ। ਵੀ ਉਹ ਮਿੱਠਾ ਸੀ, ਉਹਦੇ ਮੱਖੀਆਂ ਹਾਂ, ਆਉਣ ਲੱਗ ਮਿੱਠੇ 'ਤੇ ਗਏ। ਮੱਖੀਆਂ ਸੋਹਣੀਆਂ ਸੀ, ਮੱਖੀਆਂ ਆ ਕੇ ਬੈਠਣ ਲੱਗ ਗਈਆਂ, ਮੱਖੀਆਂ ਨੂੰ ਦੇਖ ਕੇ ਤਾਂ ਕਿ ਕਿਰਲੀ ਸੀ ਸੇਠ ਦੁਕਾਨ 'ਚ, ਕਿਰਲੀ ਮੱਖੀਆਂ ਨੂੰ ਖਾਣ ਭੱਜ ਕੇ ਆ ਗਈ ਥੱਲੇ। ਕਿਰਲੀਆਂ ਖਾਣ, ਹਾਂ, ਜਦੋਂ ਕਿਰਲੀ ਮੱਖੀਆਂ ਨੂੰ ਖਾਣ ਆਈ ਅਤੇ ਕਿਰਲੀ ਨੂੰ ਦੇਖ ਕੇ ਚੂਹਾ ਸੀ, ਹੁਣ ਆਮ ਜੀ ਗੱਲ ਆ ਵੀ ਜਦੋਂ ਮਿੱਠੇ ਵਾਲਾ ਜਾਂ ਫੀਡ ਫੂਡ ਦੀ ਜਾਂ ਪਰਚੂਨ ਦੀ ਕਣਕ, ਚੂਹਾ ਤਾਂ ਹੋਊਗਾ ਹੈ ਨਾ, ਸਮਰਦੇ ਹਾਂ। ਚੂਹਾ ਕਿਰਲੀ ਨੂੰ ਖਾਣ ਭੱਜਿਆ, ਠੀਕ ਹੈ। ਕਿਰਲੀ ਨੂੰ ਚੂਹਾ ਖਾਣ ਭੱਜਿਆ ਅਤੇ ਬਾਣੀਆਂ ਨੇ ਪਾਲੀ ਹੋਈ ਸੀ ਬਿੱਲੀ, ਵੀ ਚੂਹੇ ਖਾ ਕੇ ਦੁਕਾਨ 'ਚ, ਵੀ ਚੂਹੇ ਫਾਲਤੀ ਨੁਕਸਾਨ ਬਹੁਤ ਕਰਦੇ ਨੇ, ਉਹ ਬਿੱਲੀ ਚੂਹੇ ਨੂੰ ਖਾਣ ਭੱਜ ਗਈ। ਠੀਕ ਇੰਨੇ ਹੈ। ਨੂੰ ਕੋਈ ਜੱਟ ਤੁਰਿਆ ਹੁੰਦਾ ਸੀ ਇੱਧਰੋਂ ਬਾਣੀਆਂ 'ਚ ਫੀਡ ਫੂਡ ਲੈਣ, ਕਹਿੰਦਾ ਵੀ ਸੇਠਾ ਫੀਡ ਦੇ ਦੇ ਗੱਟਾ, ਉਹਦੇ ਨਾਲ ਸੀ ਕੁੱਤਾ, ਠੀਕ ਹੈ, ਕੁੱਤਾ ਸਾਲਾ ਬਿੱਲੀ ਨੂੰ ਦੇਖ ਕੇ ਤੇ ਬਿੱਲੀ ਮਗਰ ਪੈ ਗਿਆ ਦੁਕਾਨ 'ਚ, ਹਾਂ ਕੁੱਤਾ ਬਿੱਲੀ, ਤੇ ਬਿੱਲੀ ਮਗਰ ਪੈ ਗਿਆ, ਬਾਣੀਆਂ ਨੇ ਬਿੱਲੀ ਪਾਲੀ ਹੋਈ ਸੀ ਤੇ ਉਹਨੇ ਭਰਾਵਾ ਡਾਂਗ ਪਈ ਸੀ ਬਾਣੀ ਕੋਲ, ਚੱਕੀ ਤੇ ਕੁੱਤੇ ਦੇ ਮਾਰੀ, ਕੁੱਤਾ ਤਾਂ ਮਰਨੀ ਸੀ, ਕੁੱਤਾ ਮਰ ਗਿਆ, ਕੁੱਤਾ ਮਰ ਗਿਆ, ਜੱਟ ਨੂੰ ਗੁੱਸਾ ਤੇ ਉਹਨੇ ਚੱਕੀ ਇੱਟ ਤੇ ਲਾਲੇ ਦੇ ਸੇਠ ਸਰਚ ਮਾਰੀ, ਸੇਠ ਦੇ ਸੇਠ ਸਰਚ ਮਾਰੀ, ਕੰਮ ਵੱਧ ਗਿਆ। ਤੇ ਜਿਹੜੇ ਨੇ ਹੁਣ ਤੇਰੇ ਵਰਗੇ ਨਾਲ ਉਂਗਲ ਲਾਈ ਸੀ ਆ ਕੇ ਰਾਵ ਖੰਡ 'ਚ ਲਵੇੜੀ ਹੋਈ ਸੀ, ਤੇ ਉਹਨੇ ਦੇਖਿਆ ਵੀ ਰੌਲਾ ਤਾਂ ਬਾਹਲਾ ਪੈ ਗਿਆ, ਉਹ ਖੜਾ ਕਹਿੰਦਾ ਚੰਗਾ ਸੇਠਾ ਯਾਰ, ਤੁਸੀਂ ਤਾਂ ਕੰਮ ਹੀ ਵਾਹ ਵਧਾ ਲਿਆ, ਕਹਿੰਦਾ ਯਾਰ ਮੈਂ ਚੱਲਦਾ ਕਿਸੇ ਦਿਨ ਫੇਰ ਆਵਾਂਗੇ, ਇਸ ਲਈ ਤੈਨੂੰ ਤਾਂ ਕਹਿੰਦੇ ਬਾਈ ਉਂਗਲੀਆਂ ਤੋਂ ਬਚ ਕੇ ਰਿਹਾ ਕਰੋ। ਕਈ ਵਾਰੀ ਨਾ ਕੁਛ ਗੱਲਾਂ ਹੋ ਜਾਂਦੀਆਂ ਵੀ ਤੁਸੀਂ ਕੰਨੀ ਸੁਣਦੇ ਹੋ ਤਾਂ ਅੱਖੀ ਦੇਖਦੇ ਹੋ, ਉਹ ਵੀ ਉਹ ਬੰਦੇ ਨਾ ਇਸ ਹਿਸਾਬ ਦੀ ਪੇਸ਼ ਕਰ ਦਿੰਦੇ ਨੇ ਗੱਲ ਵੀ ਬੰਦੇ ਨੂੰ ਯਾਰ ਪੁੱਠੀ ਜਾ ਦਿੰਦੇ ਆ, ਇੰਨਾ ਨਾ ਹਾਈਪਰ ਹੋਇਆ ਕਰੋ ਵੀ ਜੱਕ ਦਿਨ ਕਿਸੇ ਦੀ ਸੁਣ ਕੇ ਦੂਜੇ ਨਾਲ ਲੜ ਪਿਆ ਕਰੋ ਜਾਂ ਪੁੱਛਣ ਲੱਗਿਆ ਕਰੋ, ਫੋਨਾਂ ਨੇ ਹੁਣ ਪਾਰਾ ਇੰਨਾ ਵਧਾ ਲੋਕਾਂ ਦਾ, ਸਹਿਣਸ਼ੀਲ ਤੇ ਖਤਮ ਕਰਤੀ ਚੀਜ਼ ਨੇ ਹਨਾ, ਅਗਲਾ ਦਬਾ ਦਾ ਫੋਨ ਚੱਕਦਾ ਨਾਲ ਦਿਨ ਫੋਨ ਮਾਰਿਆ ਗਾਲੋਂ ਗਾਲੀ, ਇੰਨੇ ਨਾਲ ਲੜਾਈ ਪਈ। ਇਸ ਲਈ ਠੰਡੇ ਮਚ ਨਾਲ ਠਰਮੇ ਨਾਲ ਚੱਲਿਆ ਕਰੋ, ਪਹਿਲਾਂ ਸੋਚਿਆ ਕਰੋ ਵੀ ਗੱਲ ਹੋ ਸਕਦੀ ਹੈ, ਜਾਓ ਬੰਦਾ ਇਹ ਗੱਲ ਕਰ ਸਕਦਾ ਫਿਰ ਜਾਂ ਉਹਨੂੰ, ਵੀ ਉਹ ਬੰਦੇ ਨਾਲ ਪਹਿਲਾਂ ਬਹਿ ਕੇ ਗੱਲ ਕਰੋ ਵੀ ਹਾਂ, ਹੋਈ ਫਿਰ ਹੈ ਕਿ ਉਹਨਾਂ ਨੂੰ ਨਹੀਂ। ਸਪੈਸ਼ਲ ਜਾ ਕੇ ਉਹਦੇ ਕੋਲ ਬਹਿ ਕੇ ਗੱਲ ਕਰੋ, ਕਿਉਂਕਿ ਉਹ ਤੁਸੀਂ ਜਾਓਗੇ ਉਸ ਗੱਲ ਨੂੰ ਤੁਹਾਨੂੰ 5-7 ਮਿੰਟ ਲੱਗਦੇ ਆ, 5-7 ਮਿੰਟਾਂ ਤੁਹਾਡਾ ਗੁੱਸਾ ਕਿਤੇ ਨਾ ਕਿਤੇ ਜਾ ਕੇ ਠੰਡਾ ਹੋ ਜਾਂਦਾ ਠੰਡਾ ਹੋ ਜਾਂਦਾ, ਇਹ ਫਿਰ ਉਹਨਾਂ ਦਾ ਫਿਰ ਆਪਾਂ ਗੱਲ ਹੋਰ ਹੀ ਰੂਪ ਧਾਰਨ ਕਰ ਜਾਂਦੀ ਆ ਉਹ, ਜਿਹੜਾ ਆਪਾਂ ਤੱਤੇ ਘਾਉ ਜਾਂਦੇ ਹਾਂ ਆਪਾਂ ਅਗਲੇ ਨੂੰ ਬੋਲਦੇ ਅਗਲਾ ਵੀ ਬੋਲਦਾ ਰਹਿਣਾ, ਹਰ ਇੱਕ ਨੇ ਚੁਗਲੀਆਂ ਤੇ ਕਿਸੇ ਨੇ ਪਾਈਆਂ ਫਿਰ ਗੱਲ ਵੱਧ ਜਾਂਦੀ ਹੈ, ਇਸ ਲਈ ਚੁਗਲੀਆਂ ਤੋਂ ਜਿਹੜੇ ਉਂਗਲੀ ਹੈ ਸ਼ਰਾਰਤੀ ਇਨਸਾਨ ਨੇ ਇਹਨਾਂ ਤੋਂ ਬਚ ਕੇ ਰਿਹਾ ਕਰੋ, ਸਾਵਧਾਨ।